ਵੀ ਤੁਸੀਂ ਕੀ ਗੱਲ ਰੱਖੋ ਸੀ, ਇੱਕ ਤਾਂ ਝਾੜ ਘੱਟ ਬਹੁਤ ਜ਼ਿਆਦਾ ਆ ਪਿਛਲੇ ਸਾਲ ਨਾਲੋਂ, ਠੇਕਾ ਜ਼ਿਆਦਾ ਵੱਧ ਗਿਆ ਜੀ ਦੇਖੋ, ਇੱਕ ਰੇਟ ਘੱਟ ਗਿਆ। ਪਿਛਲੀ ਵਾਰ ਇਹੀ ਬਾਂਸਪਤੀ 1509 3500 ਤੋਂ ਲੈ ਕੇ 4000 ਤੱਕ ਵਿਕ ਜੀ, ਲਗਭਗ 1,00,000 ਰੁਪਏ ਲੋਏ ਕਿੱਲਾ ਨਿਕਲਿਆ ਜੀ। ਇਸ ਵਾਰ ਮੈਨੂੰ ਲੱਗਦਾ ਵੀ ਠੇਕਾ ਵੀ ਪੂਰਾ ਨਹੀਂ ਹੋਣਾ, ਕਿਸਾਨ ਥੋੜ੍ਹੇ ਨਾਰਾਜ਼ ਨੇ ਅਤੇ ਮੰਡੀ ਦੇ ਵਿੱਚ ਵੀ ਥੋੜ੍ਹਾ ਜਿਹਾ ਸਿਸਟਮ ਹੱਲਿਆ ਪਿਆ। ਦੇਖੋ ਨਹਿਰੀ ਪਾਣੀ ਅਤੇ ਬਿਜਲੀ, ਇਹ ਤਾਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਰੀਸ ਨਹੀਂ ਕਰ ਸਕਦਾ। ਫੁੱਲ ਵੱਡਾ ਫੁੱਲ ਦੇਖੋ ਪਾਣੀ ਆਇਆ, ਕਿਉਂਕਿ ਸਵੇਰੇ ਬੰਦਾ ਆਉਂਦਾ ਸੀ ਅੱਧੀ ਵਾਰੀ ਪਾ ਕੇ ਮੋਟਰ ਬੰਦ ਕਰਕੇ ਚਲਾ ਜਾਂਦਾ ਸੀ, ਨਹਿਰੀ ਪਾਣੀ ਵੀ ਬਹੁਤ ਜ਼ਿਆਦਾ ਆਇਆ। ਇਹ ਦੋ ਚੀਜ਼ਾਂ ਦਾ ਤਾਂ ਬਹੁਤ ਜ਼ਿਆਦਾ ਸੁਧਾਰ ਹੋਇਆ ਦੇਖੋ। ਇਹ ਹੁਣ ਜਿਹੜਾ ਝਾੜ ਦਾ ਕਾਰਨ ਘੱਟਦਾ ਹੈਗਾ, ਇਹ ਨਸਿਆਰੇ ਦੇ ਵਿੱਚ ਮੀਂਹ ਪੈ ਗਿਆ ਜੀ, ਦੇਖੋ ਝੱਖੜ ਦਾ ਥੋੜ੍ਹਾ ਚੱਲਿਆ ਅਤੇ ਨਸਿਆਰੇ ਦੇ ਉੱਪਰ ਮੀਂਹ ਪਿਆ ਇਹਦੇ ਉੱਪਰ, ਅਤੇ ਇਹਦੇ ਕਰਕੇ ਥੋੜ੍ਹਾ ਝਾੜ ਦੀ ਦੇਖੋ ਕਮੀ ਹੈ, ਝਾੜ ਘੱਟ ਹੈ ਜਿਹਦਾ। ਹੁਣ ਅਸੀਂ ਸਰਕਾਰ ਨੂੰ ਬੇਨਤੀ ਕਰਨਾ ਵੀ ਸਾਨੂੰ ਡੰਪ ਕਰਨ ਵਾਸਤੇ ਕੋਈ ਪੰਚਾਇਤੀ ਜ਼ਮੀਨ ਦਿੱਤੀ ਜਾਵੇ, ਅਤੇ ਬਾਕੀ ਕੰਪਨੀਆਂ ਵਾਲਿਆਂ ਨੂੰ ਕਿਹਾ ਜਾਵੇ ਵੀ ਇਹਨਾਂ ਨੂੰ ਜਿਹੜਾ 20% 50% ਪੇਮੈਂਟ ਦਿਓ ਕੁਛ। ਹੁਣ 40 ਲੱਖ ਰੁਪਏ ਇੱਕ ਬੈਲਡਰ ਵਾਲਾ ਲਾ ਕੇ ਕਿਵੇਂ ਉਹਨੂੰ ਮਾਲ ਨੂੰ ਕਿਵੇਂ ਇਕੱਠਾ ਕਰੂ ਜੀ, ਕਿਵੇਂ ਲੇਬਰ ਨੂੰ ਪੈਸੇ, ਤੇਲ ਵੀ ਫੂਕਣਾ ਜੀ, ਟਾਗਾ ਵੀ ਲਾਉਣਾ ਜੀ, ਇੱਕ ਬੈਲਡਰ ਵਾਲਾ ਬੈਲਡਰ ਚਲਾਉਣ 'ਤੇ 40 ਲੱਖ ਰੁਪਇਆ ਲਓ ਜੀ। ਵਾਢੀ ਸ਼ੁਰੂ ਕੀਤੀ, ਕੀ ਸਮੱਸਿਆਵਾਂ ਆ ਰਹੀਆਂ ਨੇ? ਇੱਕ ਤਾਂ ਜੀ ਕੰਬਾਈਨ ਆਧਾਰ ਕਾਰਡ 'ਤੇ ਹੋਣ ਕਰਕੇ ਜ਼ਿਆਦਾ ਹੋਣ ਕਰਕੇ ਕੰਮ ਘੱਟ ਗਿਆ ਜੀ ਮਸ਼ੀਨਾਂ ਦਾ। ਦੂਜੇ ਨੰਬਰ 'ਤੇ ਐਗਤੀ ਫਸਲਾਂ ਗਿਰਨ ਕਰਕੇ ਡੀਜ਼ਲ ਖਰਚਾ ਬਹੁਤ ਜ਼ਿਆਦਾ ਆ ਰਿਹਾ ਜੀ ਮਸ਼ੀਨਾਂ ਦਾ, ਅਤੇ ਕਲੱਚ ਨੂੰ ਵੀ ਕੰਪਲੇਂਟ ਆ ਰਹੀ ਹੈ ਜੀ। ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ, ਮੈਂ ਹਾਂ ਗੁਰਤੇਜ ਸਿੰਘ ਥੂਹੀ। ਮਾਲਵਾ ਖੇਤਰ ਦੀ ਜੇਕਰ ਗੱਲ ਕਰੀਏ, ਜ਼ਿਲ੍ਹਾ ਪਟਿਆਲਾ ਦੇ ਬਲਾਕ ਨਾਭਾ ਦੇ ਨੇੜਲੇ ਪਿੰਡਾਂ ਦੇ ਵਿੱਚ ਅਗੇਤੀ ਜਿਹੜੀ ਝੋਨੇ ਦੀ ਵਢਾਈ ਹੈ ਉਹ ਸ਼ੁਰੂ ਹੋ ਚੁੱਕੀ ਹੈ, ਹਾਲਾਂਕਿ ਇਸ ਤੋਂ ਬਾਅਦ 26 ਜਿਹੜਾ ਬੀਜ ਹੈ ਜਾਂ ਪੂਸਾ 44 ਹੈ ਉਹ ਅਜੇ ਬਾਅਦ ਸ਼ੁਰੂ ਹੋਣੀ ਹੈ, ਪਰੰਤੂ ਅਗੇਟਾ ਝੋਨਾ ਜਿਹੜਾ ਵੱਢਿਆ ਜਾ ਰਿਹਾ। ਸੋ ਸਾਡੇ ਨਾਲ ਕੁਛ ਕਿਸਾਨ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦਿਆਂ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਵਿਸ਼ੇਸ਼ ਤੌਰ 'ਤੇ ਨਹਿਰੀ ਪਾਣੀ ਦੀ ਸਹੂਲਤ ਜਾਂ ਬਿਜਲੀ ਨੂੰ ਲੈ ਕੇ ਜਾਂ ਜਿਹੜਾ ਝਾੜ ਹੈ ਉਹ ਕਿਸ ਤਰ੍ਹਾਂ ਦਾ, ਸਾਰੇ ਇਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ। ਕੰਬਾਈਨ ਦੇ ਮਾਲਕ ਵੀ ਨੇ, ਕਿਸਾਨ ਵੀ ਨੇ, ਸੰਤੋਖ ਸਿੰਘ ਸਾਡੇ ਨਾਲ ਨੇ। ਸੰਤੋਖ ਸਿੰਘ, ਅੱਜ ਪਹਿਲੀ ਵਾਰ ਤੁਸੀਂ ਜਿਹੜੀ ਵਢਾਈ ਸ਼ੁਰੂ ਕੀਤੀ ਹੈ ਅਤੇ ਸਮੁੱਚਾ ਜਿਹੜਾ ਸੀਜ਼ਨ ਹੈ ਉਹਦੇ ਸੰਬੰਧੀ ਜਿਹੜੀਆਂ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਜਾਂ ਪਾਣੀ ਨੂੰ ਲੈ ਕੇ ਬਿਜਲੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ। ਦੇਖੋ ਜੀ, ਅੱਜ ਅਸੀਂ ਨੇ ਵਢਾਈ ਸ਼ੁਰੂ ਕੀਤੀ ਆ ਪਟਿਆਲਾ ਜ਼ਿਲ੍ਹਾ ਜੀ, ਤਹਿਸੀਲ ਨਾਭਾ, ਪਿੰਡ ਸਾਡਾ ਥੋਹੀ ਹੈ ਜੀ। ਹਾਂਜੀ। ਅਤੇ ਅਸੀਂ ਵਾਢੀ ਅੱਜ ਸ਼ੁਰੂ ਕੀਤੀ, ਅੱਗੇ ਸਾਨੂੰ ਚੌ ਬਹੁਤ ਚੜ੍ਹਦਾ ਸੀ ਅਤੇ ਅੱਗੇ ਜਾ ਕੇ ਕਿਸਾਨ ਨੂੰ ਮਤਲਬ ਕਿ ਅਸੀਂ ਲੱਡੂ ਵੰਡਦੇ ਜਾਂ ਹੋਰ ਕਰਦੇ ਵੀ ਖੁਸ਼ੀ ਖੁਸ਼ੀ, ਪਰ ਆਈ ਤੀ ਕਿਸਾਨਾਂ ਦੇ ਚਿਹਰੇ 'ਤੇ ਰੌਣਕ ਨਹੀਂ ਹੈਗੀ। ਉਹ ਰੌਣਕ ਦਾ ਕਾਰਨ ਪੁੱਛਿਆ ਗਿਆ ਫਿਰ ਉੱਥੇ ਕਿਸਾਨਾਂ ਨੂੰ, ਉਸਨੇ ਵੀ ਤੁਸੀਂ ਕੀ ਗੱਲ ਰੱਖੋ ਸੀ, ਇੱਕ ਤਾਂ ਝਾੜ ਘੱਟ ਬਹੁਤ ਜ਼ਿਆਦਾ ਆ ਪਿਛਲੇ ਸਾਲ ਨਾਲੋਂ, ਠੇਕਾ ਜ਼ਿਆਦਾ ਵੱਧ ਗਿਆ ਜੀ ਦੇਖੋ, ਇੱਕ ਰੇਟ ਘੱਟ ਗਿਆ। ਪਿਛਲੀ ਵਾਰ ਇਹੀ ਬਾਂਸਪਤੀ 1509 3500 ਤੋਂ ਲੈ ਕੇ 4000 ਤੱਕ ਵਿਕ ਜੀ, ਲਗਭਗ 1,00,000 ਰੁਪਏ ਲੋਏ ਕਿੱਲਾ ਨਿਕਲਿਆ ਜੀ। ਇਸ ਵਾਰ ਮੈਨੂੰ ਲੱਗਦਾ ਵੀ ਠੇਕਾ ਵੀ ਪੂਰਾ ਨਹੀਂ ਹੋਣਾ, ਕਿਸਾਨ ਥੋੜ੍ਹੇ ਨਾਰਾਜ਼ ਨੇ ਅਤੇ ਮੰਡੀ ਦੇ ਵਿੱਚ ਵੀ ਥੋੜ੍ਹਾ ਜਿਹਾ ਸਿਸਟਮ ਹੱਲਿਆ ਪਿਆ, ਕਿਉਂਕਿ ਪਹਿਲਾਂ ਤਾਂ ਹੈਗਾ ਜੀ 2200 ਰੁਪਏ ਰੇਟ, ਥੋੜ੍ਹਾ ਜਿਹਾ ਹੁਣ ਅੱਪ ਹੋ ਕੇ 2500 ਤੋਂ ਲੈ ਕੇ 3000 ਤੱਕ ਪਹੁੰਚੀ ਹੈ ਜੀ। ਅਤੇ ਜਿਹੜੀ ਸੱਬੀ ਜੀਰੀ ਆ ਹਜੇ ਤਲਵਾਰ ਹਜੇ ਕਿਸਾਨਾਂ ਤੋਂ ਉਹ ਵੀ ਲੜਕ ਰਹੀ ਹੈ ਦੇਖੋ, ਉਹ ਕਹਿ ਰਹੇ ਨੇ ਆੜਤੀ ਹੈ ਜੇ ਆਪਣੇ ਸੈਲਰਾਂ ਵਾਲੇ ਕਹਿ ਰਹੇ ਨੇ ਵੀ ਅਸੀਂ ਜਿਹੜੀ ਸੱਬੀ ਜੀ ਝੋਨਾ ਨਹੀਂ ਖਰੀਦਾਂਗੇ ਅਸੀਂ, ਪਰ ਉਹ ਕਿਉਂ ਨਹੀਂ ਖਰੀਦਣਗੇ ਉਹ ਦੇਖੋ ਉਹਨਾਂ ਦੀ ਸਮੱਸਿਆ ਮਤਲਬ ਕਿ ਚਲੋ ਦੱਸਣਗੇ ਵੀ, ਕਿਉਂਕਿ ਇਹ ਚੀਜ਼ ਹੈ ਦੇਖੋ, ਜੇ ਤਾਂ ਸਰਕਾਰ ਇਹ ਬੀਜ ਲਵਾਉਣਾ ਚਾਹੁੰਦੀ ਆ, ਪਾਣੀ ਬਚਾਉਣਾ ਚਾਹੁੰਦੀ ਆ, ਕਿਸਾਨ ਨੂੰ ਉੱਪਰ ਚੱਕਣਾ ਚਾਹੁੰਦੀ ਹੈ ਦੇਖੋ, ਤਾਂ ਉਹਨਾਂ ਨੂੰ ਮਤਲਬ ਕਿ ਚੀਜ਼ਾਂ ਵੱਲ ਧਿਆਨ ਦੇਣਾ ਪਊਗਾ। MSP ਮਤਲਬ ਕਿ ਸਾਰੇ ਫਸਲਾਂ ਦਾ ਰੇਟ ਇੱਕੋ ਦੇਣਾ ਪਊਗਾ, ਕਿਉਂਕਿ ਹੁਣ ਇੱਕ ਮਹੀਨਾ ਫਸਲ ਇਹ ਪਹਿਲਾਂ ਵੱਢੀ ਜਾ ਰਹੀ ਆ, ਜਿਹੜੀ ਊਸਾ 44 ਆ ਉਹ ਫਸਲ ਅੱਜ ਤੋਂ ਇੱਕ ਮਹੀਨਾ ਲੇਟ ਵੱਢੀ ਜਾਊਗੀ, ਅਗਲੀ 20 ਤਰੀਕ ਨੂੰ ਵੱਢੀ ਜਾਊਗੀ।
ਪਰ ਇਹ ਇੱਕ ਮਹੀਨਾ ਪਹਿਲੀ ਵੱਢੀ ਗਈ, ਇਹ ਤਾਂ ਹੁਣ ਜਿਵੇਂ ਇੱਕ ਮਹੀਨਾ ਕਿ ਤੈਨੂੰ ਟਾਈਮ ਮਿਲ ਗਿਆ ਪਰਾਲੀ ਚੱਕਣ ਦਾ ਜਾਂ ਮਤਲਬ ਕਿ ਇਹਨੂੰ ਪਰਾਲੀ ਸਾਂਭਣ ਦਾ। ਇੱਕ ਗੱਲ ਇੱਕ ਮਤਲਬ ਕਿ ਉਹਨੇ ਫਸਲ ਕੋਈ ਬੰਦਾ ਹੋਰ ਬੀਜ ਲਊਗਾ ਜੀ, ਜਦੋਂ ਹੋਰ ਫਸਲ ਬੀਜ ਲਈ ਤਾਂ ਉਹਦਾ ਆਟੋਮੈਟਿਕ ਰੇਟ ਘਟੂਗਾ, ਜਿਵੇਂ ਸਬਜ਼ੀਆਂ ਹੋ ਗਈਆਂ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਸਾਰੀਆਂ ਫਸਲਾਂ 'ਤੇ ਜਦੋਂ ਤੱਕ ਕਿਸਾਨ ਨੂੰ MSP ਨਹੀਂ ਮਿਲਦੀ ਉਦੋਂ ਤੱਕ ਨਹੀਂ ਗੱਲ ਬਣਨੀ? ਨਹੀਂ, ਉਦੋਂ ਤੱਕ ਦੇਖੋ ਕਿਸਾਨ ਕਿਧਰੇ ਹੋ ਗਏ। ਹੁਣ ਦੇਖੋ ਫਸਲ ਦੇਖੋ ਕਿਸਾਨਾਂ ਨੇ ਸਰਕਾਰ ਦਾ ਸਾਥ ਦਿੱਤਾ, ਬਿਲਕੁਲ ਦਿੱਤਾ ਸਾਥ। ਨਹੀਂ, ਪਹਿਲਾਂ ਮੈਨੂੰ ਇਹ ਦੱਸੋ ਵੀ ਨਹਿਰੀ ਪਾਣੀ ਜਾਂ ਬਿਜਲੀ ਹੈ ਜਿਹੜੀ ਉਹ ਕਿਸ ਤਰ੍ਹਾਂ ਰਹੀ ਹੈ? ਦੇਖੋ ਨਹਿਰੀ ਪਾਣੀ ਅਤੇ ਬਿਜਲੀ ਇਹ ਤਾਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਰੀਸ ਨਹੀਂ ਕਰ ਸਕਦਾ। ਫੁੱਲ ਵੱਡਾ ਫੁੱਲ ਦੇਖੋ ਪਾਣੀ ਆਇਆ, ਕਿਉਂਕਿ ਸਵੇਰੇ ਬੰਦਾ ਆਉਂਦਾ ਸੀ ਅੱਧੀ ਵਾਰੀ ਪਾ ਕੇ ਮੋਟਰ ਬੰਦ ਕਰਕੇ ਚਲਾ ਜਾਂਦਾ ਸੀ, ਨਹਿਰੀ ਪਾਣੀ ਵੀ ਬਹੁਤ ਜ਼ਿਆਦਾ ਆਇਆ। ਇਹ ਦੋ ਚੀਜ਼ਾਂ ਦਾ ਤਾਂ ਬਹੁਤ ਜ਼ਿਆਦਾ ਸੁਧਾਰ ਹੋਇਆ ਦੇਖੋ, ਪਰ ਉਹ ਸੁਧਾਰ ਨੂੰ ਵੀ ਆਪਾਂ ਕੀ ਕਰਾਂਗੇ? ਦੇਖੋ ਹੁਣ ਜੇ ਕਿਸਾਨ ਹੀ ਖੁਸ਼ ਨਹੀਂ ਹੈਗਾ, ਦੇਖੋ ਹੁਣ ਜਿਹੜੀ MSP ਮਿਲ ਜਾਂਦੀ ਰੇਟ, ਇਹਦਾ ਘੱਟੋ ਘੱਟ ਦੇਖ ਕੇ ਬੰਨਿਆ ਜਾਂਦਾ ਵੀ ਰੇਟ ਪੱਕਾ। ਕਿਸਾਨ ਨੂੰ ਹੁਣ ਕੋਈ ਫਿਕਰ ਲੱਗ ਰਹੀ ਆ, ਆਹ ਸਾਹਮਣੇ ਮਸ਼ੀਨ ਚੱਲ ਰਹੀ ਆ ਵੀ ਮੇਰੀ ਜਾ ਕੇ ਰੇਟ ਆਈ ਨਹੀਂ ਪਤਾ 2200 ਰਹੇ ਜੀ ਮੇਰੀ, ਜੇ 4 ਕੁਇੰਟਲ ਨਿਕਲੀ ਤਾਂ 60,000 ਦਾ ਕਿੱਲਾ ਨਿਕਲਿਆ ਜੀ ਇਹਦਾ, ਅਤੇ ਵੀ ਉਹਦਾ ਠੇਕਾ ਵੀ ਨਹੀਂ ਪੂਰਾ ਹੋਣਾ। ਕਿਸਾਨ ਮਤਲਬ ਕਿ ਖੁਸ਼ ਨਹੀਂ ਹੈਗਾ, ਕਿਸਾਨ ਫਸਲ ਵੇਚ ਕੇ ਉਹ ਤੋਂ ਬਾਅਦ ਫਿਰ ਅਜੇ ਕਹਿੰਦਾ ਵੀ ਯਾਰ ਨਹੀਂ ਤੇ ਠੀਕ ਨਹੀਂ ਹੋਇਆ ਕੰਮ, ਸਬੀ ਜੀਰੀ ਵੀ ਹੁਣ ਲੈ ਨਹੀਂ ਰਹੇ ਸੈਲਰ ਵਾਲੇ। ਮੌਸਮ ਕਿਸ ਤਰ੍ਹਾਂ ਦਾ ਰਿਹਾ ਇਸ ਵਾਰ? ਇਸ ਵਾਰ ਦੇਖੋ ਪਹਿਲਾਂ ਤਾਂ ਚੱਲੀ ਆ ਔੜ, ਇਹ ਹੁਣ ਜਿਹੜਾ ਝਾੜ ਦਾ ਕਾਰਨ ਘੱਟਦਾ ਹੈਗਾ, ਇਹ ਨਸਿਆਰੇ ਦੇ ਵਿੱਚ ਮੀਂਹ ਪੈ ਗਿਆ ਜੀ, ਦੇਖੋ ਝੱਖੜ ਦਾ ਥੋੜ੍ਹਾ ਚੱਲਿਆ ਅਤੇ ਨਸਿਆਰੇ ਦੇ ਉੱਪਰ ਮੀਂਹ ਪਿਆ ਦੇ ਉੱਪਰ, ਅਤੇ ਇਹਦੇ ਕਰਕੇ ਥੋੜ੍ਹਾ ਝਾੜ ਦੀ ਦੇਖੋ ਕਮੀ ਹੈ, ਝਾੜ ਘੱਟ ਹੈ ਜੀ ਇਹਦਾ। ਅੱਛਾ, ਹਾਂਜੀ ਠੀਕ ਹੈ। ਤੁਸੀਂ ਸਾਡੇ ਨਾਲ ਇੱਕ ਹੋਰ ਕਿਸਾਨ ਮੌਜੂਦ ਨੇ, ਤੁਹਾਡਾ ਕੀ ਨਾਮ ਹੈ ਅਤੇ ਕੀ ਕੰਮ ਕਰਦੇ ਹੋ? ਮੇਰਾ ਨਾਮ ਸੁਖਦੇਵ ਸਿੰਘ ਹੈ ਜੀ, ਪਿੰਡ ਮੇਰਾ ਥੂਈ ਹੈ। ਅੱਛਾ, ਅਸੀਂ 3 ਸਾਲਾਂ ਤੋਂ ਗੱਠਾਂ ਬੰਨਣ ਦਾ ਬੈਲਰ ਦਾ ਕੰਮ ਕਰਦੇ ਹਾਂ ਜੀ। ਜੋ 2 ਸਾਲ ਪਹਿਲਾਂ ਕੰਮ ਕੀਤਾ ਸੀ ਉਹ ਠੀਕ ਰਿਹਾ, ਅੱਜ ਦੀ ਜੋ ਸਮੱਸਿਆ ਇਹ ਕੰਪਨੀਆਂ ਵਾਲਿਆਂ ਨੇ ਇਹ ਸਾਨੂੰ ਕਹਿਤਾ ਵੀ ਤੁਸੀਂ ਆਪਦਾ ਮਾਲ ਡੰਪ ਕਰੋ, ਡੰਪ ਕਰਕੇ ਅਸੀਂ 2-3 ਟਰਾਲੀਆਂ ਡੇਲੀ ਲਿਆ ਕਰਾਂਗੇ, 1 ਸਾਲ ਦਾ ਐਗਰੀਮੈਂਟ ਕਰ ਦੇਣਾ। ਉਹਦੇ ਵਿੱਚ ਸਾਨੂੰ ਬਹੁਤ ਵੱਡਾ ਘਾਟਾ, ਕਿਉਂਕਿ 1 ਸਾਲ ਦੀ ਜਿਹੜੇ ਪੈਸੇ ਦਾ ਸਾਹਮਣ ਦੇ ਵਿੱਚ ਸਾਨੂੰ 40 ਲੱਖ ਰੁਪਇਆ ਖਰਚਾ ਹੁੰਦਾ ਜੀ, 40 ਲੱਖ ਦਾ ਸਾਨੂੰ ਵਿਆਜ ਕਿੱਥੋਂ ਮਿਲੂਗਾ ਜੀ? ਨੰਬਰ 2 ਤੇ 30% ਉਹਦੀ ਸ਼ਾਰਟ ਹੋ ਜਾਂਦੀ ਹੈ ਜੀ, ਠੀਕ ਹੈ ਜੀ। ਇਸ ਕਰਕੇ ਸਾਨੂੰ ਕੰਪਨੀ ਵਾਲੇ ਮਾਰ ਰਹੇ ਨੇ ਜੀ, ਜਿਹੜੀ ਵੀ ਕੰਪਨੀ ਲੈ ਜਾਂਦੇ ਹਾਂ ਉਹ ਕਹਿੰਦੇ 1 ਸਾਲ ਦਾ ਐਗਰੀਮੈਂਟ ਕਰੋ, ਮਾਲ ਨੂੰ ਡੰਪ ਕਰੋ। ਹੁਣ ਨਾ ਤਾਂ ਸਾਨੂੰ SDM ਨਾਭਾ ਨੂੰ ਅਸੀਂ 2-3 ਵਾਰ ਬੇਨਤੀ ਕਰ ਚੁੱਕੇ ਹਾਂ ਵੀ ਸਾਨੂੰ ਡੰਪ ਕਰਨ ਵਾਸਤੇ ਕੋਈ ਪੰਚਾਇਤੀ ਜ਼ਮੀਨ ਦਿਓ, ਉਹ ਵੀ ਸਾਨੂੰ ਲਾਰੇ ਲੱਪਿਆਂ 'ਚ ਲਾ ਕੇ ਰੱਖਿਆ ਜੀ। ਫਿਰ DDPO ਨੂੰ ਨਾਭਾ ਨੂੰ ਅਸੀਂ ਬੇਨਤੀ ਕੀਤੀ ਵੀ ਸਾਨੂੰ ਡੰਪ ਕਰਨ ਵਾਸਤੇ ਥੂਹੀ ਪਿੰਡ ਦੇ ਜਗ੍ਹਾ ਦਿਓ ਜੀ, ਕੋਈ ਸਾਂਵਲਾਰ ਥੂਹਾ ਪੱਤੀ ਜਾਂ ਕੋਈ ਥੂਹੀ ਪੱਤੀ ਦੀ ਹੋਵੇ, ਅਤੇ ਉਹ ਵੀ ਸਾਨੂੰ ਨਹੀਂ ਕੋਈ ਅਵਾਟੋਈ ਦੇ ਰਹੇ। ਹੁਣ ਅਸੀਂ ਸਰਕਾਰ ਨੂੰ ਬੇਨਤੀ ਕਰਨਾ ਵੀ ਸਾਨੂੰ ਡੰਪ ਕਰਨ ਵਾਸਤੇ ਕੋਈ ਪੰਚਾਇਤੀ ਜ਼ਮੀਨ ਦਿੱਤੀ ਜਾਵੇ, ਅਤੇ ਬਾਕੀ ਕੰਪਨੀਆਂ ਵਾਲਿਆਂ ਨੂੰ ਕਿਹਾ ਜਾਵੇ ਵੀ ਇਹਨਾਂ ਨੂੰ ਜਿਹੜਾ 20%, 50% ਪੇਮੈਂਟ ਦਿਓ ਕੁਛ। ਹੁਣ 40 ਲੱਖ ਰੁਪਏ ਇੱਕ ਬੈਲਰ ਵਾਲਾ ਲਾ ਕੇ ਕਿਵੇਂ ਉਹਨੂੰ ਮਾਲ ਨੂੰ ਕਿਵੇਂ ਇਕੱਠਾ ਕਰੂ ਜੀ, ਕਿਵੇਂ ਲੇਬਰ ਨੂੰ ਪੈਸੇ ਤੇਲ ਵੀ ਫੂਕਣਾ ਜੀ, ਤਾਗਾ ਵੀ ਲਾਉਣਾ ਜੀ, ਇੱਕ ਬੈਲਰ ਵਾਲਾ ਬੈਲਰ ਚਲਾਉਣ 'ਤੇ 40 ਲੱਖ ਰੁਪਇਆ ਲਓ ਜੀ ਪਰਾਲੀ ਇਕੱਠੀ ਕਰਨ 'ਤੇ ਜੀ। ਇਹ ਸਾਨੂੰ ਕੰਮ ਬਹੁਤ ਔਖਾ ਜੀ, ਸਰਕਾਰ ਨੂੰ ਬੇਨਤੀ ਇਹ ਕਰਦੇ ਹਾਂ ਵੀ ਜੋ ਕੰਪਨੀਆਂ ਵਾਲੇ ਨੇ ਉਹਨਾਂ ਨੂੰ ਕਹਿਣਾ ਵੀ ਜਾਂ ਤਾਂ 50% ਨਗਦ ਪੇਮੈਂਟ ਦਿਓ, ਡੰਪ ਲਵਾ ਲਓ, ਜਾਂ ਫਿਰ ਤੁਸੀਂ ਆਪਦੇ ਡੰਪ ਲਾਓ। ਪਿਛਲੇ ਸਾਲਾਂ ਵਾਂਗੂ ਅਸੀਂ ਉੱਖਣ ਸੁਣੋ ਰੇਟ ਕਿਵੇਂ ਰਿਹਾ ਪਿਛਲੇ ਸਾਲਾਂ ਦਾ? ਪਿਛਲੇ ਸਾਲਾਂ ਦੇ ਵਿੱਚ ਰੇਟ 180 ਰੁਪਏ ਦੇ ਵਿੱਚ ਅਸੀਂ ਮਾਲ ਡੰਪ ਦੇ ਵਿੱਚ ਕਰ ਦਿੱਤੀ, ਐਗਦੀ 180-90 ਰੁਪਏ ਮਾਲ ਚੱਕ ਕੇ ਦੁਬਾਰਾ ਲਾਉਣਾ ਜੀ। ਇਹਦੇ ਵਿੱਚ ਇੱਕ ਡਬਲ ਦਾ ਲੇਬਰ ਪੈਂਦੀ ਜੀ, 30% ਦੇ ਵਿੱਚ ਸ਼ੋਰਟ ਜਾਂਦੀ ਆ। ਫਿਰ ਜੀ ਤੁਸੀਂ ਕੀ ਕੰਮ ਕਰਦੇ ਹੋ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਲਖਵੀਰ ਸਿੰਘ ਜੀ, ਖੇਤੀਬਾੜੀ ਕਰ ਰਿਹਾ ਜੀ, ਕੰਬਾਈਨ ਦਾ ਧੰਦਾ ਨਾਲ ਜੀ। ਤੇ ਤੁਹਾਡੇ ਲਈ ਕੰਬਾਈਨ ਹੈ, ਅੱਜ ਵਾਢੀ ਸ਼ੁਰੂ ਕੀਤੀ, ਕੀ ਸਮੱਸਿਆਵਾਂ ਆ ਰਹੀਆਂ ਨੇ? ਇੱਕ ਤਾਂ ਜੀ ਕੰਬਾਈਨ ਆਧਾਰ ਕਾਰਡ 'ਤੇ ਹੋਣ ਕਰਕੇ ਜ਼ਿਆਦਾ ਹੋਣ ਕਰਕੇ ਕੰਮ ਘੱਟ ਗਿਆ ਜੀ ਮਸ਼ੀਨਾਂ ਦਾ। ਦੂਜੇ ਨੰਬਰ 'ਤੇ ਐਗਤੀ ਫਸਲਾਂ ਗਿਰਨ ਕਰਕੇ ਡੀਜ਼ਲ ਖਰਚਾ ਬਹੁਤ ਜ਼ਿਆਦਾ ਆ ਰਿਹਾ ਜੀ ਮਸ਼ੀਨਾਂ ਦਾ।
ਤੇ ਕਲੱਚ ਨੂੰ ਵੀ ਕੰਪਲੇਂਟ ਆ ਰਹੀ ਹੈ ਜੀ। ਨਹੀਂ ਮਤਲਬ ਕਿ ਫਿਰ ਸਰਕਾਰ ਇਹਦੇ ਵਾਸਤੇ ਸਬਸਿਡੀ ਦੇਵੇ ਡੀਜ਼ਲ 'ਤੇ ਜਾਂ ਸਪੇਅਰ ਪਾਰਟ ਹੈ ਉਹ ਕਿੰਨਾ ਕੁ ਮਹਿੰਗਾ? ਸਪੇਅਰ ਪਾਰਟ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਜੀ। ਸਰਕਾਰ ਨੇ ਤਾਂ ਇੱਕ ਤੀ ਜੀ ਫਸਲ ਤੋਂ ਪਹਿਲਾਂ ਡੀਜ਼ਲ ਰੁਪਈਆ ਵਧਾ ਤਾ ਜੀ ਪਿਛਲੇ ਸਾਲ ਨੂੰ, ਅਤੇ ਹਾਲਾਂਕਿ ਘਟਾਉਣ ਦੀ ਜਗ੍ਹਾ ਠੀਕ ਹੈ, ਅਤੇ ਫਸਲਾਂ 'ਤੇ ਜੇ ਸਰਕਾਰੀ ਰੇਟ 'ਤੇ ਸਾਰੀ ਫਸਲ ਚੱਕੇ ਤਾਂ ਜ਼ਿਮੀਦਾਰ ਖੁਸ਼ ਹੋਊਗਾ, ਤਾਂ ਮਸ਼ੀਨ ਵਾਲੇ ਨੂੰ ਰੇਟ ਵਧੀਆ ਮਿਲੂਗਾ। ਸਾਡੇ ਨਾਲ ਇੱਕ ਜਿਹੜੇ ਕੰਬਾਈਨ ਦੇ ਫੋਰਮੈਨ ਨੇ ਉਹਨੇ ਬਾਈ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਾਬਰ ਅਲੀ ਖਾਂ ਜੀ। ਅਤੇ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ? ਮੈਨੂੰ ਹੋ ਗਈ 15 ਸਾਲ ਹੋ ਗਏ ਜੀ 15 ਸਾਲ ਇਹ ਕੰਮ ਕਰਦੇ ਨੇ। ਇਸ ਵਾਰ ਜਿਹੜੀ ਕੰਬਾਈਨ ਦੀ ਹੁਣ ਵਾਢੀ ਸ਼ੁਰੂ ਹੋਈ ਹੈ ਝੋਨੇ ਦੀ, ਅਤੇ ਪਹਿਲਾਂ ਦੇ ਮੁਕਾਬਲੇ ਕੀ ਤੁਹਾਡਾ ਤਜਰਬਾ? ਇਸ ਵਾਰ ਜਿਹੜੀ ਵਾਢੀ ਸਟਾਰਟ ਹੋਈ ਹੈਗੀ ਕਿ ਕੁਛ ਤਾਂ ਫਸਲਾਂ ਹੁਣ ਗਿਰ ਗਈਆਂ ਜੀ, ਅਤੇ ਗਿਰਨ ਕਰਕੇ ਉਹਦੀ ਦਿੱਕਤ ਬਹੁਤ ਆਊਗੀ, ਅਤੇ ਦੂਸਰਾ ਡੀਜ਼ਲ ਖਰਚਾ ਵੱਧ ਆਊਗਾ ਜੀ ਇਹਦੀ, ਅਤੇ ਉਸ ਹਿਸਾਬ 'ਤੇ ਕਿਸਾਨ ਨੇ ਰੇਟ ਦੇਣਾ ਨਹੀਂ ਕਿਉਂਕਿ ਫਸਲ ਦਾ ਰੇਟ ਨਹੀਂ ਦੇ ਰਹੀ ਸਰਕਾਰ, ਉਹ ਚੀਜ਼ 'ਚ ਬਹੁਤ ਦਿੱਕਤ ਆਊਗੀ ਜੀ। ਅਤੇ ਦੂਸਰਾ ਆਧਾਰ ਕਾਰਡ ਜਿਹੜੀਆਂ ਮਸ਼ੀਨਾਂ ਗਈਆਂ ਨੇ ਉਹਨਾਂ ਨੇ ਰੇਟ ਦੇ ਵਿੱਚ ਬਹੁਤ ਕਰਿਆ ਹੋਇਆ ਜੀ ਹੇਠ ਤਾਂ। ਅਤੇ ਕੰਬਾਈਨਾਂ ਤੁਸੀਂ ਡਰਾਈਵਰ ਜਾਂ ਫੋਰਮੈਨਾਂ ਲਈ ਕੋਈ ਸਹੂਲਤ ਸਰਕਾਰ ਤੁਹਾਨੂੰ ਸਹੂਲਤ ਕੋਈ ਦਿੰਦੀ ਹੈ? ਨਹੀਂ ਸਾਡੇ ਵੱਲ ਤੋਂ ਕੋਈ ਸਹੂਲਤ ਨਹੀਂ। ਕੇਂਦਰ ਸਰਕਾਰ ਤੋਂ ਜਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੋਈ ਮੰਗ ਕਰਦੇ ਹੋ? ਇਹਨਾਂ ਵਰਗਾ ਉਹ ਕੁਛ ਨਹੀਂ ਕਹਿ ਸਕਦੇ ਜੀ, ਇਹਦਾ ਜੇ ਇਹਨੂੰ ਕਿਸਾਨਾਂ ਵਾਲੇ ਉਹ 'ਚ ਹੀ ਨਹੀਂ ਪੂਰ ਉੱਤਰ ਰਹੇ, ਸਾਡੇ ਵਰਗਾ ਕੁਛ ਨਹੀਂ ਸੋਚ ਸਕਦੇ ਜੀ ਇਸ ਬਾਰੇ। ਕਰਨਾ ਤਾਂ ਚਾਹੀਦਾ ਜੀ, ਜਿਵੇਂ ਕਿ ਮੈਂ ਸਾਡਾ ਜਿਵੇਂ ਇੰਸ਼ੋਰੈਂਸ ਵਗੈਰਾ ਹੋ ਗਿਆ, ਸਾਨੂੰ ਸੀਜ਼ਨ ਵੇਲੇ ਓਨਾ ਕੀ ਹੋਣਾ ਚਾਹੀਦਾ। ਕਈ ਵਾਰ ਕਿਸੇ ਡਰਾਈਵਰ ਦਾ ਨੁਕਸਾਨ ਹੋ ਜਾਂਦਾ, ਉਹ ਵੀ ਕਿਸਾਨ 'ਤੇ ਪੈ ਜਾਂਦਾ। ਹਾਂ ਕਿਸਾਨ 'ਤੇ ਪੈ ਜਾਂਦਾ ਜੀ, ਜਾਂ ਖੇਤ ਮਾਲਕ 'ਤੇ ਪੈ ਜਾਂਦਾ ਜਾਂ ਉਹ ਮਸ਼ੀਨ ਮਾਲਕ 'ਤੇ ਪੈ ਜਾਂਦਾ। ਉਹਦੇ ਵਾਸਤੇ ਇਹਦਾ ਇੰਸ਼ੋਰੈਂਸ ਹੋਣਾ ਚਾਹੀਦਾ ਹੈਗਾ ਵੀ ਜਿਹਦਾ ਘੱਟ ਪੈਸਿਆਂ ਦੇ ਵਿੱਚ ਹੋਵੇ, ਅਤੇ ਉਹ ਜਿਹੜਾ ਮਤਲਬ ਕਿ ਫੋਰਮੈਨ ਆ ਜਾਂ ਡਰਾਈਵਰ ਹੈਗਾ ਉਹ ਹਿੱਤ ਦੇ ਹੋਵੇ। ਕਿਤੇ ਨਾ ਕਿਤੇ ਮਾਲਵਾ ਖਿੱਤੇ ਦੇ ਅੰਦਰ ਵੀ ਜਿਹੜੀ ਅਗੇਤੀ ਵਾਢੀ ਜਿਹੜੀ ਆ ਝੋਨੇ ਦੀ ਸ਼ੁਰੂ ਹੋ ਚੁੱਕੀ ਹੈ, ਸੋ ਕਿਸਾਨਾਂ ਨੇ ਜਿੱਥੇ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਉੱਥੇ ਹੀ ਭਗਵੰਤ ਮਾਨ ਸਰਕਾਰ ਦਾ ਇਸ ਗੱਲੋਂ ਜ਼ਰੂਰ ਧੰਨਵਾਦ ਕੀਤਾ ਕਿ ਪਾਣੀ ਅਤੇ ਬਿਜਲੀ ਹੈ ਜਿਹੜੀ, ਜਿੱਥੇ ਬਿਜਲੀ ਇਸ ਵਾਰ ਵਧੀਆ ਰਹੀ ਹੈ ਉੱਥੇ ਹੀ ਪਾਣੀ ਹੈ ਜਿਹੜਾ, ਨਹਿਰਾਂ ਦਾ ਪਾਣੀ ਸੂਇਆਂ ਦਾ ਪਾਣੀ ਹੈ ਜਿਹੜਾ ਉਹ ਖੇਤਾਂ ਤੱਕ ਜ਼ਰੂਰ ਪਹੁੰਚਿਆ। ਪਰੰਤੂ ਕਿਸਾਨਾਂ ਦਾ ਕਹਿਣਾ ਜਦੋਂ ਤੱਕ ਸਾਰੀਆਂ ਫਸਲਾਂ 'ਤੇ ਸਰਕਾਰ MSP ਨਹੀਂ ਦਿੰਦੀ ਉਦੋਂ ਤੱਕ ਜਿਹੜਾ ਹੈ ਕਿਸਾਨ ਹੈ ਜਿਹੜਾ ਉਹ ਖੁਸ਼ਹਾਲ ਨਹੀਂ ਹੋ ਸਕਦਾ। ਉਹਦੇ ਨਾਲ ਜਿੱਥੇ ਕਿਸਾਨ ਖੁਸ਼ਹਾਲ ਹੋਊਗਾ ਅਤੇ ਜਦੋਂ ਸਾਰੀਆਂ ਫਸਲਾਂ 'ਤੇ MSP ਹੋਊਗੀ ਤਾਂ ਸਬਜ਼ੀਆਂ ਨੇ ਦਾਲਾਂ ਨੇ ਉਹ ਵੀ ਪਬਲਿਕ ਨੂੰ ਸਸਤੀਆਂ ਮਿਲਣਗੀਆਂ। ਉੱਥੇ ਹੀ ਜਿਹੜਾ ਹੈਗਾ ਧਰਤੀ ਹੇਠਲਾ ਪਾਣੀ ਹੈ ਉਹ ਵੀ ਹੋਰ ਡੂੰਘੇ ਨਹੀਂ ਜਾਊਗਾ। ਤੁਸੀਂ ਦੇਖਦੇ ਹੋ ਰੋਜ਼ਾਨਾ ਸਪੋਕਸਮੈਨ, ਮੈਨੂੰ ਗੁਰਤੇਜ ਸੂਰੀ ਨੂੰ ਦਿਓ ਇਜਾਜ਼ਤ, ਧੰਨਵਾਦ।